ਜੋ ਆਪਾਂ ਬਾਣੀਆਂ ਦੇ ਜਾਪ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਉਸ ਬਾਰੇ ਸਾਨੂੰ ਗਿਆਨ, ਉਸ ਬਾਰੇ ਕੁਝ ਨਾ ਕੁਝ ਸਾਨੂੰ ਨੌਲੇਜ ਪਤਾ ਹੋਣੀ ਚਾਹੀਦੀ ਹੈ। ਨਹੀਂ ਤਾਂ ਕੇਵਲ ਅਸੀਂ ਪੜ੍ਹਦੇ ਹਾਂ, ਪੜ੍ਹ ਕੇ ਆਪਣਾ ਜਿਹੜਾ ਰੂਟੀਨ ਹੈ ਸਾਡਾ, ਅਸੀਂ ਬਣਾਇਆ ਹੋਇਆ ਕਿ ਅਸੀਂ ਬਾਣੀ ਦੇ ਜਾਪ ਕਰਨੇ ਹਨ, ਪੜ੍ਹਦੇ ਹਾਂ ਅਤੇ ਸਾਨੂੰ ਕੁਝ ਨਾ ਕੁਝ ਸਮਾਂ 10 ਜਾਂ 5 ਮਿੰਟ ਹਰ ਰੋਜ਼ ਕਿਸੇ ਨਾ ਕਿਸੇ ਸ਼ਬਦ ਦੇ ਵਿਚਾਰ ਦੇ ਨਾਲ ਜੁੜਨਾ ਵੀ ਚਾਹੀਦਾ ਹੈ। ਸੋ ਜੋ ਉਪਰਾਲਾ ਕੀਤਾ ਗਿਆ ਹੈ ਜਪਜੀ ਸਾਹਿਬ ਜੀ, ਜੋ ਸਭ ਤੋਂ ਪਹਿਲੀ ਬਾਣੀ ਜਿਹੜੀ ਹੈ ਨਾਮ ਅਤੇ ਜਪ ਹੈ, ਪਰ ਆਪਾਂ ਜਦੋਂ ਗੁਟਕਾ ਸਾਹਿਬ ਦੇਖਦੇ ਹਾਂ ਜਾਂ ਕੋਈ ਸਤਿਕਾਰ ਦੇ ਨਾਲ ਬਾਣੀ ਦਾ ਨਾਮ ਲੈਂਦਾ ਅਤੇ ਜਪ ਜੀ ਸਾਹਿਬ ਪੜ੍ਹਿਆ ਜਾਂਦਾ ਹੈ, ਪਰ ਜਦੋਂ ਇਹਦਾ ਸਰਲੇਖ ਪੜ੍ਹਦੇ ਹਾਂ, ਸਰਲੇਖ ਜਪ ਹੈ। ਸੋ ਆਓ ਸਭ ਤੋਂ ਪਹਿਲੀ ਜਿਹੜੀ ਬਾਣੀ ਹੈ, ਜਿਹੜੀ ਗੁਰਬਾਣੀ ਦੇ ਵਿੱਚ ਹਦਾਇਤ ਵੀ ਦਿੱਤੀ ਗਈ ਹੈ ਕਿ ਆਪਾਂ ਨਿਤਨੇਮ ਦੇ ਵੇਲੇ ਸਭ ਤੋਂ ਪਹਿਲਾਂ ਜਿਹੜੀ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਵੀ ਜਪਜੀ ਸਾਹਿਬ ਹੈ। ਜਦੋਂ ਕੋਈ ਵੀ ਆਪਾਂ ਸਹਿਜ ਪਾਠ ਆਰੰਭ ਕਰਦੇ ਹਾਂ, ਅਖੰਡ ਪਾਠ ਸਾਹਿਬ ਆਰੰਭ ਹੁੰਦਾ ਹੈ, ਜਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਹਿਲੀ ਬਾਣੀ ਜਦੋਂ ਪੜ੍ਹੀ ਜਾਂਦੀ ਹੈ, ਜਦੋਂ ਆਪਾਂ ਪ੍ਰਕਾਸ਼ ਕਰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਅਤੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦਾ ਜਾਪ ਆਪਾਂ ਸਰਵਣ ਕਰਦੇ ਹਾਂ। ਸੋ ਇਸੇ ਬਾਣੀ ਦੇ ਕਈਆਂ ਨੂੰ ਤਾਂ ਇਹ ਬਾਣੀ ਕੰਠ ਵੀ ਹੋ ਗਈ ਹੈ, ਕਿਉਂਕਿ ਹਰ ਰੋਜ਼ ਜਦੋਂ ਆਪਾਂ ਕਿਸੇ ਚੀਜ਼ ਦਾ ਰਟਨ ਕਰਦੇ ਹਾਂ, ਯਾਦ ਕਰਦੇ ਹਾਂ, ਕੁਝ ਨਾ ਕੁਝ ਉਹਦੇ ਸ਼ਬਦ, ਕੁਝ ਨਾ ਕੁਝ ਉਹਦੀ ਜਿਹੜੀ ਵਿਚਾਰਧਾਰਾ ਹੈ ਸਾਡੇ ਦਿਮਾਗ ਦੇ ਵਿੱਚ ਜਿਹੜੀ ਪੈਂਦੀ ਹੈ, ਅਤੇ ਆਪਾਂ ਯਤਨ ਕਰੀਏ ਜਪਜੀ ਸਾਹਿਬ ਸਭ ਤੋਂ ਪਹਿਲਾਂ ਇਹ ਬਾਣੀ ਕਿਸ ਗੁਰੂ ਸਾਹਿਬਾਨ ਦੀ ਹੈ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਇਹ ਬਾਣੀ ਹੈ ਜਪਜੀ ਸਾਹਿਬ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਬਾਣੀ ਹੈ, ਅਤੇ ਹੁਣ ਬਾਣੀ ਦੇ ਵਿੱਚ ਸਲੋਕ ਕਿੰਨੇ ਹਨ, ਕਿੰਨੀਆਂ ਪੌੜੀਆਂ ਹਨ, ਇਸ ਬਾਰੇ ਵੀ ਸਾਨੂੰ ਗਿਆਨ ਹੋਣਾ ਚਾਹੀਦਾ ਹੈ, ਅਤੇ ਇਹਦੇ ਵਿੱਚ 38 ਜਿਹੜੀਆਂ ਹਨ ਪੌੜੀਆਂ ਹਨ, 38 ਪੌੜੀਆਂ ਹਨ, ਇਹਦੇ ਵਿੱਚ 2 ਸ਼ਲੋਕ ਹਨ। ਪਹਿਲਾ ਸ਼ਲੋਕ ਆਪਾਂ ਪੜ੍ਹਦੇ ਹਾਂ, ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ। ਇੱਕ ਸ਼ਲੋਕ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ। ਇਹ 2 ਸ਼ਲੋਕ ਹਨ, ਦੋਨੇ ਸ਼ਲੋਕ ਜਿਹੜੇ ਹਨ ਅੱਗੇ ਵੀ ਇਸ 2 ਸ਼ਲੋਕਾਂ ਦੀ ਵਰਤੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਇੱਕ ਵਾਰ ਸ਼ਲੋਕ ਦੇ ਵਿੱਚ ਕੀਤੀ ਹੈ, ਪਵਨ ਗੁਰੂ ਪਾਣੀ ਪਿਤਾ ਇਹ ਸ਼ਲੋਕ। ਆਦਿ ਸੱਚ ਜੁਗਾਦ ਸੱਚ ਆਪਾਂ ਸੁਖਮਨੀ ਸਾਹਿਬ ਜੀ ਦਾ ਜਾਪ ਕਰਦੇ ਹਾਂ, 16ਵੀਂ ਜਿਹੜਾ ਸ਼ਲੋਕ ਆਉਂਦਾ ਹੈ ਉਹਦੇ ਵਿੱਚ ਹੈ ਆਦਿ ਸੱਚ ਜੁਗਾਦ ਸੱਚ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ। ਇਹ ਜਿਹੜਾ ਸ਼ਲੋਕ ਹੈ ਇਹ 2 ਵਾਰ ਆਪਾਂ ਪੜ੍ਹਦੇ ਵੀ ਹਾਂ ਅੱਗੇ ਬਾਣੀ ਦੇ ਵਿੱਚ। ਹੁਣ ਆਪਾਂ ਯਤਨ ਕਰਨਾ ਹੈ ਕਿ ਪਰਮਾਤਮਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਇਸ ਸੰਸਾਰ ਵਿੱਚ ਆਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਜੋੜਿਆ ਕਿਹਦੇ ਨਾਲ ਹੈ, ਕਿਸ ਪਰਮਾਤਮਾ ਦੇ ਨਾਲ ਜੋੜਿਆ ਹੈ, ਕਿਉਂਕਿ ਪਹਿਲਾਂ ਜਿੰਨੇ ਵੀ ਯੁੱਗ ਹੋਏ ਹਨ ਸਾਰੇ ਕਹਿੰਦੇ ਸਨ ਕਿ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਇਹ 3 ਜਿਹੜੇ ਹਨ, ਬ੍ਰਹਮਾ ਜਿਹੜਾ ਪੈਦਾ ਕਰਦਾ ਹੈ, ਵਿਸ਼ਨੂੰ ਰਿਜਕ ਦਿੰਦਾ ਹੈ, ਅਤੇ ਮਹੇਸ਼ ਜਿਹੜਾ ਸ੍ਰਿਸ਼ਟੀ ਦਾ ਨਾਸ ਕਰਦਾ ਹੈ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਇਸ ਸੰਸਾਰ ਵਿੱਚ ਆਏ ਅਤੇ ਉਹਨਾਂ ਨੇ ਇੱਕ ਓਅੰਕਾਰ ਦਾ ਹੋਕਾ ਦਿੱਤਾ ਕਿ ਪਰਮਾਤਮਾ ਇੱਕ ਹੈ, ਉਸਨੂੰ ਕਿਸੇ ਸਾਥ ਦੀ ਲੋੜ ਨਹੀਂ ਕਿ ਡਿਪਾਰਟਮੈਂਟ ਜਿਹੜਾ ਅਲੱਗ ਦਿੱਤਾ ਹੋਇਆ ਕਿਸੇ ਨੂੰ ਕਿ ਤੂੰ ਰਿਜਕ ਦੇਣਾ ਹੈ, ਤੂੰ ਜੀਵਾਂ ਨੂੰ ਪੈਦਾ ਕਰਨਾ ਹੈ, ਤੂੰ ਜਿਹੜਾ ਹੈ ਜੀਵਾਂ ਦਾ ਨਾਸ ਕਰਨਾ ਹੈ, ਇਹ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਨੂੰ ਇਹ ਅਥੋਰਟੀ ਨਹੀਂ ਦਿੱਤੀ ਹੋਈ। ਪਰ ਸੰਸਾਰ ਵਿੱਚ ਇਹ ਪ੍ਰਚਲਿਤ ਸੀ ਕਿ ਜਿਹੜਾ ਇਹ ਕੰਮ ਹੈ ਬ੍ਰਹਮਾ ਕਰਦਾ ਹੈ, ਇਹ ਵਿਸ਼ਨੂੰ ਕਰਦਾ ਹੈ ਅਤੇ ਇਹ ਮਹੇਸ਼ ਕਰਦਾ ਹੈ।
ਫਿਰ ਆ ਜਾਂਦਾ ਹੈ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸੰਸਾਰ ਵਿੱਚ ਆ ਕਰਕੇ ਓਂਕਾਰ ਜਿਹੜਾ ਸ਼ਬਦ ਆ, ਇੱਕ ਓਅੰਕਾਰ ਪੜ੍ਹਦੇ ਹਨ ਆਪਾਂ, ਓਂਕਾਰ ਦਾ ਜਿਹੜਾ ਹੈ ਜੈਨੀ ਅਤੇ ਵੇਦ ਜਿਹੜੀ ਬੋਧੀ ਹਨ ਕਹਿੰਦੇ ਨੇ ਇਹਨਾਂ ਦੇ ਵੇਦਾਂ ਦੇ ਵਿੱਚ ਵੀ ਓਂਕਾਰ ਦਾ ਜਿਹੜਾ ਜ਼ਿਕਰ ਕੀਤਾ ਗਿਆ ਹੈ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਓਂਕਾਰ ਦੇ ਅੱਗੇ ਇੱਕ ਲਾ ਕੇ, ਇੱਕ ਤੋਂ ਭਾਵ ਪਰਮਾਤਮਾ, ਜਿਹੜਾ ਸਾਰਿਆਂ ਨੂੰ ਪਾਲ ਵੀ ਰਿਹਾ ਹੈ, ਪੈਦਾ ਵੀ ਕਰ ਰਿਹਾ ਹੈ, ਨਾਸ਼ ਵੀ ਕਰ ਰਿਹਾ ਹੈ। ਉਸਨੇ ਕਿਸੇ ਨੂੰ ਕੋਈ ਅਲੱਗ ਤੋਂ ਰੱਖਿਆ ਨਹੀਂ ਕਿ ਤੂੰ ਸ੍ਰਿਸ਼ਟੀ ਦੀ ਪੈਦਾ ਕਰਨਾ ਹੈ, ਤੂੰ ਪਾਲਣਾ ਹੈ, ਤੂੰ ਨਾਸ਼ ਕਰਨਾ ਹੈ। ਤਿੰਨ ਕੰਮ ਇਸ ਸੰਸਾਰ ਵਿੱਚ ਹੁੰਦੇ ਹਨ ਤੇ ਓਂਕਾਰ ਦੇ ਅੱਗੇ ਇੱਕ ਜਿਹੜਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਪਰਮਾਤਮਾ ਨੂੰ ਕਿਹਾ, ਤੂੰ ਕਰਤਾ ਸਚਿਆਰ ਮਹਿੰਗਾ ਸਾਈਂ, ਜੋ ਤੂੰ ਭਾਵੈ ਸੋਈ ਤੀਸੀ, ਜੋ ਤੂੰ ਦੇ ਸੋਈ ਹੋ ਪਾਈ। ਪਰਮਾਤਮਾ ਜੋ ਤੂੰ ਦੇਗਾ ਉਹ ਮੈਨੂੰ ਮਿਲੇਗਾ, ਇਹ ਨਹੀਂ ਕਿ ਮੈਨੂੰ ਕੋਈ ਰਿਜਕ ਲੈਣ ਵਾਸਤੇ ਦੂਸਰੇ ਪਾਸੇ ਜਾਣਾ ਪੈਣਾ ਹੈ ਅਤੇ ਮੈਨੂੰ ਆਪਣੇ ਪਰਿਵਾਰ ਦੀ ਪਾਲਣਾ ਕਰਨ ਵਾਸਤੇ ਹੋਰ ਪਾਸੇ ਜਾਣਾ ਪੈਣਾ ਹੈ, ਬੱਚੇ ਦੀ ਉਤਪਤੀ ਜਨਮ ਲੈਣ ਵਾਸਤੇ ਕਿਸੇ ਦੀ ਅਰਦਾਸ ਕਰਨ ਵਾਸਤੇ ਹੋਰ ਕਿਧਰੇ ਜਾਣਾ ਪੈਣਾ ਹੈ। ਇਸੀ ਚੀਜ਼ਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਖੋਲਿਆ ਹੈ ਕਿ ਕਦੇ ਵੀ ਭੁਲੇਖੇ ਵਿੱਚ ਨਾ ਰਹੋ ਕਿ ਇਹ ਕੰਮ ਕੋਈ ਕਰਦਾ ਹੈ, ਇਹ ਕੰਮ ਕੋਈ ਕਰ ਰਿਹਾ ਹੈ। ਇੱਕ ਓਅੰਕਾਰ ਸਤ ਨਾਮ ਪਰਮਾਤਮਾ ਇੱਕ ਹੈ। ਅਸੀਂ ਜਿੰਨੇ ਵੀ ਜੀਵ ਹਾਂ ਅਨੇਕ ਹਾਂ, ਬਾਣੀ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਨਾ, ਜਦੋਂ ਇਹਦੀ ਆਪਾਂ ਵਿਆਖਿਆ ਕਰਾਂਗੇ, ਇਹਦੇ ਭਾਵ ਅਰਥ ਸਮਝਾਂਗੇ ਨਾ, ਸਾਨੂੰ ਪਰਮਾਤਮਾ ਦੇ ਗੁਣ ਦਿਸਣੇ ਸ਼ੁਰੂ ਹੋ ਜਾਣਗੇ। ਇੱਕ ਕੌਣ ਹੈ? ਪਰਮਾਤਮਾ ਹੈ। ਅਸੀਂ ਕੀ ਹਾਂ? ਅਨੇਕ ਹਾਂ। ਹੁਣ ਜਿੰਨੇ ਵੀ ਅਸੀਂ ਜੀਵ ਬੈਠੇ ਹਾਂ, ਸਾਰਿਆਂ ਦਾ ਰੰਗ ਚਿਹਰਾ ਵਿਹਾਰ ਜਿਹੜਾ ਹੈ ਸਾਰਿਆਂ ਦਾ ਅਲੱਗ ਅਲੱਗ ਹੈ। ਸ੍ਰਿਸ਼ਟੀ ਜਿਹੜੀ ਹੈ ਸਾਰੇ ਵਰਲਡ ਦੇ ਵਿੱਚ ਆਪਾਂ ਘੁੰਮ ਲਈਏ ਜਾਂ ਦੇਖ ਲਈਏ, ਸਾਰੇ ਜੀਵ ਅਲੱਗ ਅਲੱਗ ਹਨ, ਅਨੇਕ ਹਨ ਸਾਰੇ ਹੀ। ਪਰ ਬਾਣੀ ਦੇ ਵਿੱਚ ਫਰਮਾਨ ਹੈ, ਅਨੇਕ ਹੈ ਫਿਰ ਏਕ ਹੈ। ਅਨੇਕਾਂ ਹੀ ਹਾਂ ਆਪਾਂ, ਮਿਲਣਾ ਕਿਹਦੇ ਨਾਲ ਹੈ? ਇੱਕ ਦੇ ਨਾਲ। ਅਨੇਕ ਅਸੀਂ ਜੀਵ ਹਾਂ, ਬੋਲੀ ਸਾਰਿਆਂ ਦੀ ਅਲੱਗ ਹੈ। ਕੋਈ ਕੰਟਰੀ ਦੇ ਵਿੱਚ ਕੁਝ ਬੋਲੀ ਬੋਲੀ ਜਾ ਰਹੀ ਹੈ, ਸਾਰਿਆਂ ਦਾ ਰੰਗ ਢੰਗ ਜਿਹੜਾ ਹੈ ਸਾਰਿਆਂ ਤੋਂ ਵੱਖਰਾ ਹੈ, ਅਲੱਗ ਹੈ, ਸਾਰੇ ਅਨੇਕਾਂ ਹੀ ਪ੍ਰਕਾਰ ਦੇ ਹਨ, ਪਰ ਪੈਦਾ ਕਰਨ ਵਾਲਾ ਇੱਕ ਹੈ, ਪਰਮਾਤਮਾ ਇੱਕ ਹੈ। ਕਹਿੰਦੇ ਨੇ ਇੱਕ ਪਰਮਾਤਮਾ ਹੈ ਅਤੇ ਉਹਦਾ ਨਾਮ ਵੀ ਹੋਏਗਾ। ਜਿਵੇਂ ਆਪਾਂ ਕੋਈ ਜਨਮ ਲੈਂਦਾ ਇਸ ਸੰਸਾਰ ਦੇ ਵਿੱਚ ਅਤੇ ਆਪਾਂ ਦੇਖਿਆ ਬੱਚੇ ਦਾ ਨਾਮ ਰੱਖਿਆ ਜਾਂਦਾ ਹੈ। ਕੋਈ ਵੀ ਸਾਇੰਟਿਸਟ, ਕੋਈ ਵੀ ਜਿਹੜਾ ਹੈ ਕੋਈ ਖੋਜ ਕਰਦਾ ਹੈ, ਕੋਈ ਨਾ ਕੋਈ ਕੁਝ ਕੰਮ ਕਰਦਾ ਹੈ ਉਹਦਾ ਨਾਮ ਰੱਖਦਾ ਹੈ। ਜਿਵੇਂ ਹੁਣ ਆਪਾਂ ਬੋਲ ਰਹੇ ਹਾਂ ਕਿਹਦੇ ਰਾਹੀਂ? ਮਾਈਕ ਰਾਹੀਂ। ਇਹਦਾ ਨਾਮ ਰੱਖ ਦਿੱਤਾ ਮੈਂ। ਆਪਾਂ ਬੈਠੇ ਕਿੱਥੇ ਹਾਂ? ਗੁਰਦੁਆਰੇ ਦੇ ਵਿੱਚ। ਨਾਮ ਰੱਖਿਆ ਗੁਰਦੁਆਰਾ, ਗੁਰੂ ਘਰ। ਘਰ ਦੇ ਵਿੱਚ ਰਹਿੰਦੇ ਹਾਂ ਅਸੀਂ, ਕਹਿੰਦੇ ਘਰ ਦੇ ਵਿੱਚ ਰਹਿ ਰਹੇ ਹਾਂ। ਇਸੇ ਤਰ੍ਹਾਂ ਪਰਮਾਤਮਾ ਦਾ ਵੀ ਇੱਕ ਨਾਮ ਹੈ, ਉਹ ਨਾਮ ਕੀ ਹੈ? ਸਤ ਨਾਮ। ਪਰਮਾਤਮਾ ਨੂੰ ਯਾਦ ਕਰਨ ਵਾਲੇ ਅਨੇਕਾਂ ਨਾਮਾਂ ਦੇ ਨਾਲ ਯਾਦ ਕਰਦੇ ਹਨ। ਕੋਈ ਅੱਲਾ, ਕੋਈ ਵਾਹਿਗੁਰੂ, ਕੋਈ ਰਾਮ, ਰਹੀਮ, ਮਧਸੂਦਨ, ਕਈ ਅਨੇਕਾਂ ਹੀ ਤਰ੍ਹਾਂ ਦੇ ਨਾਮ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਦੇ ਨੇ, ਪਰ ਪਰਮਾਤਮਾ ਇੱਕ ਹੈ। ਇਹੀ ਹੋਕਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸੰਸਾਰ ਵਿੱਚ ਆ ਕੇ ਦਿੱਤਾ ਕਿ ਪਰਮਾਤਮਾ ਜਿਹਨੇ ਸੰਸਾਰ ਨੂੰ ਬਣਾਇਆ ਹੈ, ਪਰਮਾਤਮਾ ਇੱਕ ਹੈ, ਉਹਦਾ ਨਾਮ ਕੀ ਹੈ? ਸਤ ਨਾਮ। ਸਤ ਨਾਮ ਤੋਂ ਭਾਵ ਹੈ ਸੱਚ। ਸੱਚ ਕੀ ਹੈ? ਵਾਹਿਗੁਰੂ, ਜਿਹੜਾ ਸਦਾ ਰਹਿਣ ਵਾਲਾ ਹੈ। ਝੂਠ ਜਿਹੜਾ ਹੈ, ਜਿਵੇਂ ਸਾਡੇ ਸਰੀਰ ਹਨ, ਸਾਡਾ ਘਰ ਬਾਰ ਹੈ, ਸਾਡੀ ਮਾਣ ਵਡਿਆਈ ਸ਼ੋਹਰਤ ਹੈ ਸਾਡੇ ਕੋਲ, ਇਹ ਝੂਠ ਹੈ ਨਾ, ਕਿਉਂਕਿ ਇੱਕ ਦਿਨ ਇਹ ਸਰੀਰ ਨੇ ਵੀ ਨਾਸ਼ ਹੋਣਾ ਹੈ। ਸ਼ੋਹਰਤ ਮਾਣ ਵਡਿਆਈ ਜਿਹੜੀ ਹੈ ਇਹ ਵੀ ਕੁਝ ਸਮੇਂ ਵਾਸਤੇ ਹੈ, ਭਾਵ ਇਹ ਝੂਠ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਸੰਸਾਰ ਦੀ ਜਿੰਨੀ ਵੀ ਆਪਾਂ ਪ੍ਰੀਤ ਹੈ, ਆਪਾਂ ਜਾਣਦੇ ਹਾਂ ਕਿ ਇਹ ਸੱਚ ਹੈ, ਪਰ ਸੱਚ ਕੀ ਹੈ? ਜਦੋਂ ਆਪਾਂ ਕੋਈ
ਸੱਚ ਬੋਲਦੇ ਹਾਂ ਤੇ ਆਪਾਂ ਕਹਿੰਦੇ ਹਾਂ ਪਰਮਾਤਮਾ, ਭਾਵ ਸੱਚ ਜਿਹੜਾ ਹੈ ਪਰਮਾਤਮਾ ਦਾ ਨਾਮ ਹੈ, ਸੱਚਾ ਨਾਮ ਜਿਹਦੇ ਨਾਲ ਜੁੜਨ ਦੇ ਨਾਲ ਸਾਨੂੰ ਸੁੱਖ ਮਿਲਦੇ ਹਨ। ਪਰ ਜਦੋਂ ਅਸੀਂ ਸੰਸਾਰ ਦੇ ਨਾਲ ਕਿਸੇ ਦੇ ਨਾਲ ਜੀਵ ਦੇ ਨਾਲ ਵਿਅਕਤੀ ਦੇ ਨਾਲ ਜੁੜ ਜਾਂਦੇ ਹਾਂ, ਹਮੇਸ਼ਾ ਕੀ ਹੁੰਦਾ ਹੈ, ਦੁੱਖ ਮਿਲਦਾ ਹੈ ਸਾਨੂੰ, ਕਿਉਂਕਿ ਸਾਡਾ ਪਿਆਰ ਉਹਦੇ ਪ੍ਰਤੀ ਵੱਧ ਜਾਂਦਾ ਹੈ। ਪਰ ਜਦੋਂ ਵਿਛੋੜਾ ਪੈਂਦਾ ਹੈ ਪਿਆਰ ਸਾਡਾ ਜਿਹੜਾ ਹੈ, ਫਿਰ ਸਾਡੇ ਮਨ ਵਿੱਚ ਦੁੱਖ ਪੈਦਾ ਹੁੰਦਾ ਹੈ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਸੱਚ ਹੈ, ਸਤ ਨਾਮ ਉਹਦਾ ਨਾਮ ਸੱਚਾ ਹੈ, ਅਤੇ ਕਰਤਾ ਕੀ ਹੈ, ਕਰਤਾ ਪੁਰਖ ਯੂਨੀਵਰਸਲ ਕ੍ਰੀਏਟਰ ਹੈ, ਭਾਵ ਸਾਰੇ ਸੰਸਾਰ ਨੂੰ ਬਣਾਉਣ ਵਾਲਾ। ਹੁਣ ਕੋਈ ਆਦਮੀ ਹੈ ਇੱਕ ਘਰ ਬਣਾਉਂਦਾ ਹੈ, ਕੋਈ ਆਦਮੀ ਹੈ ਜਹਾਜ਼ ਬਣਾ ਰਿਹਾ ਹੈ, ਕੋਈ ਜਿਹੜਾ ਹੈ ਡਾਕਟਰ ਹੈ ਜੀਵਾਂ ਦਾ ਓਪਰੇਸ਼ਨ ਕਰਕੇ ਨਵੇਂ ਜਿਹੜੇ ਹਨ ਅੰਗ ਜਿਹੜੇ ਹਨ ਉਹ ਲਾ ਦਿੰਦਾ ਹੈ। ਪਰ ਪਰਮਾਤਮਾ ਐਸਾ ਹੈ ਜਿਹਨੇ ਸਾਰੇ ਸੰਸਾਰ ਨੂੰ ਬਣਾਇਆ ਹੋਇਆ ਹੈ। ਇਹ ਫਰਕ ਹੈ ਨਾ ਸਾਡੇ ਵਿੱਚ ਅਤੇ ਪਰਮਾਤਮਾ ਦੇ ਵਿੱਚ। ਜਦੋਂ ਅਸੀਂ ਵਡਿਆਈ ਕਰਦੇ ਹਾਂ ਪਰਮਾਤਮਾ ਕੀ ਹੈ, ਵੱਡਾ, ਕਿਉਂਕਿ ਉਹ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ, ਸਾਰੇ ਸੰਸਾਰ 'ਤੇ ਕਿਰਪਾ ਕਰਨ ਵਾਲਾ, ਕਰਤਾ ਪੁਰਖ ਕਰਤਾ ਹੈ ਸਾਰਿਆਂ ਦਾ, ਇਹ ਸੰਸਾਰ ਨੂੰ ਬਣਾਉਣ ਵਾਲਾ। ਤੂੰ ਕਰਤਾ ਸਚਿਆਰ ਮਹਿੰਦਾ ਸਾਹਿਬ, ਜਿਵੇਂ ਆਪਾਂ ਪੜ੍ਹਿਆ ਸੀ, ਤੂੰ ਕਰਤਾ ਸਚਿਆਰ ਮਹਿੰਦਾ ਸਾਹਿਬ, ਪਰਮਾਤਮਾ ਸਾਰਿਆਂ ਨੂੰ ਬਣਾਉਣ ਵਾਲਾ, ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਕਰਤਾ ਪੁਰਖ। ਅਤੇ ਉਹਦੇ ਵਿੱਚ ਗੁਣ ਕੀ ਹਨ, ਨਿਰਭਉ, ਪਰਮਾਤਮਾ ਨਿਰਭਉ ਹੈ, ਉਸਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ। ਅਤੇ ਹੁਣ ਡਰ ਸਾਰਾ ਸੰਸਾਰ ਜਿਹੜਾ ਹੈ ਡਰ ਦੇ ਵਿੱਚ ਹੈ। ਜਦੋਂ ਇਸ ਕੰਸੈਪਟ ਨੂੰ ਆਪਾਂ ਖੋਲ੍ਹਦੇ ਹਾਂ ਨਾ, ਨਿਰਭਉ, ਨਿਰਭਉ ਤੋਂ ਭਾਵ ਹੈ, ਹੁਣ ਫਿਰ ਆਪਾਂ ਧਿਆਨ ਦੇ ਕੇ ਸਰਵਣ ਕਰਿਓ, ਦੋ ਦੋ ਅਰਥ ਜਿਹੜੇ ਹਨ ਇੱਕ ਸ਼ਬਦ ਦੇ ਨਿਕਲਦੇ ਹਨ, ਇੱਕ ਹੈ ਭੈ ਅਤੇ ਇੱਕ ਹੈ ਨਿਰਭਉ, ਸੱਚ ਹੈ ਝੂਠ ਹੈ, ਏਕ ਹੈ ਅਨੇਕ ਹੈ। ਹੁਣ ਪਰਮਾਤਮਾ ਦੀ ਗੱਲ ਹੈ ਕਿ ਪਰਮਾਤਮਾ ਨਿਰਭਉ ਹੈ, ਇਸ ਤਰ੍ਹਾਂ ਜਦੋਂ ਆਪਾਂ ਅਸਕੀਵਾਦ ਦੇ ਸ਼ਬਦ ਪੜ੍ਹਦੇ ਹਾਂ ਨਾ, ਉਹਦੇ ਵਿੱਚ ਹੈ ਭੈ ਵਿੱਚ ਪਾਉਣ ਵਹਿ ਸਦ, ਭੈ ਵਿੱਚ ਪਾਉਣ ਵਹਿ ਸਦ ਦਰ, ਭੈ ਵਿੱਚ ਪਾਉਣ ਵਹਿ ਸਦ ਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੜੈ ਬੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ। ਅਤੇ ਸਤਿਗੁਰੂ ਜੀ ਲੱਖ ਦੀਆਂ ਪੰਕਤੀਆਂ ਵਿੱਚ ਕਹਿੰਦੇ ਹਨ, ਸਗਲ ਪਉ ਸਗਲਿਆਂ ਪਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏ। ਸਾਰਿਆਂ ਦੇ ਮੱਥੇ ਦੇ ਉੱਤੇ ਭੈ ਲਿਖਿਆ ਹੋਇਆ ਹੈ, ਡਰ ਲਿਖਿਆ ਹੋਇਆ ਹੈ, ਹਵਾ ਵਗ ਰਹੀ ਹੈ, ਭੈ ਵਿੱਚ ਪਾਉਣ ਵਹਿ ਸਦ ਦਰਿਆਓ, ਭੈ ਵਿੱਚ ਚੱਲਣ ਲੱਖ ਦਰਿਆਓ। ਕਹਿੰਦੇ ਨੇ ਹਵਾ ਜਿਹੜੀ ਹੈ ਭੈ ਵਿੱਚ ਵਗ ਰਹੀ ਹੈ, ਜਿਹੜਾ ਸੂਰਜ ਹੈ ਇਹ ਵੀ ਭੈ ਦੇ ਵਿੱਚ ਹੈ, ਇੰਦਰ ਜਿਹੜਾ ਹੈ ਇਹ ਵੀ ਭੈ ਦੇ ਵਿੱਚ ਹੈ, ਹਰ ਚੀਜ਼ ਦੇ ਉੱਤੇ ਭੈ ਲਿਖਿਆ ਹੈ, ਸਗਲਿਆਂ ਭਉ ਲਿਖਿਆ ਸਿਰ ਲੇਖ, ਸਾਰਿਆਂ ਦੇ ਮੱਥੇ ਦੇ ਉੱਤੇ ਭੈ ਹੈ। ਪਰ ਸਤਿਗੁਰੂ ਜੀ ਕਹਿ ਨਿਰਭਉ ਨਿਰੰਕਾਰ ਸੱਚ ਏਕ, ਪਰਮਾਤਮਾ ਇੱਕ ਹੈ ਜਿਹੜਾ ਨਿਰਭਉ ਹੈ, ਜਿਹਨੂੰ ਕਿਸੇ ਦਾ ਡਰ ਨਹੀਂ ਹੈ, ਨਿਰਵੈ, ਉਹਨੂੰ ਕਿਸੇ ਦੇ ਨਾਲ ਵੈਰ ਨਹੀਂ ਹੈ। ਪਰਮਾਤਮਾ ਸਾਰਿਆਂ 'ਤੇ ਕਿਰਪਾ ਕਰਨ ਵਾਲਾ, ਸਾਰਿਆਂ 'ਤੇ ਰਹਿਮਤਾਂ ਕਰਨ ਵਾਲਾ ਹੈ, ਨਿਰਭਉ ਨਿਰੰਕਾਰ। ਸਤਿਗੁਰੂ ਜੀ ਆਪ ਕਰਨ ਵਾਲਾ ਪਰਮਾਤਮਾ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ। ਸਾਡੀ ਜਿੰਨੀਆਂ ਮੂਰਤਾਂ ਹਨ ਇਹ ਕਾਲ ਦੇ ਅੰਦਰ ਹਨ। ਹੁਣ ਇੱਥੇ ਫਿਰ ਡਬਲ ਸ਼ਬਦ ਹੈ, ਕਾਲ ਅਤੇ ਇੱਕ ਹੈ ਅਕਾਲ, ਭੈ ਨਿਰਭਉ, ਏਕ ਅਨੇਕ, ਸੱਚ ਅਤੇ ਝੂਠ। ਹੁਣ ਸਤਿਗੁਰੂ ਜੀ ਕਹਿੰਦੇ ਹਨ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਕਿਸ ਤਰ੍ਹਾਂ ਹੈ, ਨਿਰਭਉ ਨਿਰਵੈਰ ਅਕਾਲ ਮੂਰਤ ਹੈ, ਉਹ ਭਾਵ ਜਨਮਦਾ ਮਰਦਾ ਨਹੀਂ, ਕਾਲ ਤੋਂ ਰਹਿਤ ਹੈ, ਜਨਮ ਤੋਂ ਰਹਿਤ ਹੈ, ਅਕਾਲ ਮੂਰਤ ਆਜੂਨੀ, ਆਜੂਨਾਂ ਦੇ ਵਿੱਚ ਆਉਂਦਾ ਨਹੀਂ, ਆਜੂਨੀ ਇੱਥੇ ਲਿਖਿਆ ਹੋਇਆ ਨਾ, ਅਤੇ ਆਪਾਂ ਜਿੰਨੇ ਵੀ ਹਾਂ ਕੀ ਜੂਨਾਂ ਦੇ ਵਿੱਚ ਆਉਂਦੇ ਹਾਂ, ਪਰਮਾਤਮਾ ਆਜੂਨੀ ਹੈ, ਭਾਵ ਜੰਮਦਾ ਮਰਦਾ ਨਹੀਂ ਹੈ। ਆਜੂਨੀ ਸਹਿਭੰਗ, ਸਹਿਭੰਗ ਤੋਂ ਭਾਵ ਹੈ ਸਾਰੇ ਵੀ ਜਿੰਨੇ ਆਪਾਂ ਜੀਵ ਹਾਂ, ਸਾਰਿਆਂ ਦੀ ਉਤਪੱਤੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋਈ ਹੈ,
ਜਿਵੇਂ ਮਾਂ ਕੀ ਰਕਤ ਪਿਤਾ ਵਿਧ ਧਾਰਾ ਸੂਰਤ ਮੂਰਤ ਕਰ ਅਪਾਰਾ। ਸਾਡਾ ਜਿਹੜਾ ਜਨਮ ਹੋਇਆ ਹੈ ਮਾਤਾ ਦੀ ਰਕਤ ਪਿਤਾ ਦੇ ਬਿੰਦ ਦੇ ਨਾਲ ਹੋਇਆ ਹੈ, ਭਾਵ ਸਾਨੂੰ ਪਤਾ ਹੈ ਕਿ ਸਾਡਾ ਜਨਮ ਕਿਸ ਤਰ੍ਹਾਂ ਹੋਇਆ ਹੈ। ਪਰ ਪਰਮਾਤਮਾ ਐਸਾ ਹੈ ਜਿਹੜਾ ਆਪ ਹੀ ਆਪਣੇ ਵਿੱਚ ਜਿਹੜਾ ਸਹਿ ਭੰਗ ਹੈ ਭਾਵ ਸੁੱਤੇ ਸਿੱਧ ਭਾਵ, ਉਹ ਆਪ ਹੀ ਕਿਸੇ ਨੇ ਉਸਨੂੰ ਪੈਦਾ ਨਹੀਂ ਕੀਤਾ, ਨਾ ਹੀ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸੋ ਸਮਾਂ ਜਿੰਨਾ ਕੁ ਸੀ ਆਪਾਂ ਯਤਨ ਕਰਦੇ ਹਾਂ ਇੱਕ ਇੱਕ ਸ਼ਬਦ ਦੀ ਆਪਾਂ ਡੈਫੀਨੇਸ਼ਨ ਬੋਲਣਾ ਕਿਸ ਤਰ੍ਹਾਂ ਹੈ, ਸਮਝਣਾ ਕਿਸ ਤਰ੍ਹਾਂ ਹੈ, ਸਹਿ ਭੰਗ ਅਤੇ ਮਿਲਦਾ ਕਿਸ ਤਰ੍ਹਾਂ ਹੈ, ਗੁਰ ਪ੍ਰਸਾਦ। ਹੁਣ ਸਾਰੇ ਆਪਾਂ ਗੁਣ ਪਹਿਲਾਂ ਪਰਮਾਤਮਾ ਦੇ ਯਾਦ ਕੀਤੇ ਕਿ ਪਰਮਾਤਮਾ ਦੇ ਵਿੱਚ ਇਹ ਗੁਣ ਹਨ, ਹੁਣ ਪਰਮਾਤਮਾ ਮਿਲਦਾ ਕਿਸ ਤਰ੍ਹਾਂ ਹੈ। ਆਪਾਂ ਗੁਰੂ ਦੇ ਦਰਬਾਰ ਵਿੱਚ ਆਏ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਗੁਰ ਪ੍ਰਸਾਦ, ਪ੍ਰਸਾਦ ਹੈ ਕਿਰਪਾ, ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਤੇ ਉਹ ਪਰਮਾਤਮਾ ਸਾਨੂੰ ਮਿਲ ਜਾਂਦਾ ਹੈ। ਪਰਮਾਤਮਾ ਗੁਰ ਪ੍ਰਸਾਦ ਇਹ ਮੂਲ ਮੰਤਰ ਵੀ ਹੈ, ਪਰ ਇਹ ਵਿਸ਼ੇ ਤੇ ਵੀ ਹਲੇ ਤਾਂ ਤਤਕਾਲ ਚੱਲ ਰਿਹਾ ਹੈ ਕਿ ਮੂਲ ਮੰਤਰ ਜਿਹੜਾ ਹੈ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀਸੀ ਤੱਕ ਪੜ੍ਹਨਾ ਚਾਹੀਦਾ ਹੈ ਜਾਂ ਇਕੱਲਾ ਗੁਰਪ੍ਰਸਾਦ ਤੱਕ ਪੜ੍ਹਨਾ ਚਾਹੀਦਾ ਹੈ। ਤੇ ਜਦੋਂ ਇਸ ਨੂੰ ਆਪਾਂ ਸਮਝਾਂਗੇ ਨਾ, ਹੁਣ ਸਹਿ ਭੰਗ ਗੁਰਪ੍ਰਸਾਦ ਇੱਥੇ ਜਿਹੜਾ ਹੈ ਅੱਗੇ ਸ਼ੁਰੂ ਹੋ ਜਾਂਦਾ ਹੈ ਜਪ ਬਾਣੀ ਦਾ ਸਿਰਲੇਖ। ਦੋਨਾਂ ਪਾਸੇ ਦੇਖਿਓ ਦੋ ਡੰਡੇ ਹਨ, ਸਿਰਲੇਖ ਹੈ, ਜਪ ਬਾਣੀ ਦਾ ਨਾਮ ਹੈ, ਇਹਦੇ ਵਿੱਚ ਹੈ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋ ਸੀ ਪੀ ਸੱਚ, ਇਹ ਬਾਣੀ ਦਾ ਸਿਰਲੇਖ। ਨਾਮ ਹੈ ਜਪ, ਜਿਵੇਂ ਆਪਾਂ ਅਸ ਤੋਂ ਅਗਲੀ ਬਾਣੀ ਪੜ੍ਹਦੇ ਹਾਂ ਨਿਤਨੇਮ ਦੇ ਵੇਲੇ ਜਾਪ ਸਾਹਿਬ, ਪਹਿਲੀ ਹੈ ਜਪ ਸਾਹਿਬ, ਜਪਜੀ ਸਾਹਿਬ ਜਿਸਨੂੰ ਕਹਿੰਦੇ ਹਾਂ, ਫਿਰ ਹੈ ਜਾਪ ਸਾਹਿਬ। ਇਹ ਸਿਰਲੇਖ ਹੈ ਨਾ, ਇਹ ਤੋਂ ਸਾਫ਼ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਮੂਲ ਮੰਤਰ ਸਾਨੂੰ ਕਿੱਥੇ ਤੱਕ ਪੜ੍ਹਨਾ ਹੈ। ਪਰ ਕਈ ਵਾਰ ਸਾਡੇ ਵਿੱਚ ਵਿਚਾਰ ਹੈ ਕਿ ਇੱਥੇ ਤਾਂ ਨਹੀਂ ਪੜ੍ਹਨਾ ਚਾਹੀਦਾ ਹੈ ਜਾਂ ਇਸ ਤਰ੍ਹਾਂ, ਭਾਵ ਜਿਹਨੇ ਜਿਸ ਨੂੰ ਜਿੱਥੇ ਤੱਕ ਸਮਝ ਹੈ, ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਇਸ ਤਰ੍ਹਾਂ ਤੂੰ ਨਹੀਂ ਕਰ ਸਕਦਾ, ਕਿਉਂਕਿ ਉਹਦਾ ਜੀਵਨ ਹੈ, ਜਦੋਂ ਉਹਨੂੰ ਸਮਝ ਆ ਗਈ ਉਹਨੂੰ ਆਪਣੇ ਆਪ ਹੀ ਉਹ ਕੰਮ ਜਿਹੜਾ ਹੈ ਕਰਨਾ ਸ਼ੁਰੂ ਕਰ ਦੇਗਾ। ਧੱਕੇ ਦੇ ਨਾਲ ਕਿਸੇ ਨਾਲ ਇਹ ਨਹੀਂ ਕਹਿ ਸਕਦੇ ਕਿ ਤੂੰ ਇਸ ਤਰ੍ਹਾਂ ਨਹੀਂ ਕਰਨਾ। ਕਈ ਵਾਰ ਕੀ ਕਹਿੰਦੇ ਹਨ ਆ ਕੇ ਕਿ ਇਹ ਬਾਣੀ ਜਿਹੜੀ ਹੈ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਕਿੰਨੀਆਂ ਹਨ, ਮੂਲ ਮੰਤਰ ਕਿੱਥੇ ਤੱਕ ਪੜ੍ਹਨਾ ਹੈ, ਅਤੇ ਕਦੀ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਕਿੰਨੀਆਂ ਬਾਣੀਆਂ ਪੜ੍ਹਦੇ ਹੋ, ਕਹਿੰਦੇ ਮੈਂ ਤਾਂ ਇਕੱਲਾ ਵਾਹਿਗੁਰੂ ਵਾਹਿਗੁਰੂ ਕਰਦਾ। ਸਵਾਲ ਜ਼ਿਆਦਾ ਇਹਨਾਂ ਨੇ ਪੈਦਾ ਕੀਤੇ ਹਨ ਜਿਨ੍ਹਾਂ ਨੇ ਕਰਨਾ ਕੁਝ ਨਹੀਂ, ਪੁੱਛਣਾ ਜ਼ਿਆਦਾ ਹੈ, ਅਤੇ ਜਿਨ੍ਹਾਂ ਨੇ ਕਰਨਾ ਉਹਨਾਂ ਨੇ ਪੁੱਛਣਾ ਨਹੀਂ, ਅਤੇ ਜਿਨ੍ਹਾਂ ਨੇ ਪੁੱਛ ਕੇ ਕਰਨ ਲੱਗੇ ਉਹਨਾਂ ਨੂੰ ਲੋੜ ਪੈਂਦੀ ਹੈ ਸਮਝ ਦੀ ਕਿ ਸਾਨੂੰ ਸਮਝ ਕੇ ਬਾਣੀ ਕਿੱਥੋਂ ਪੜ੍ਹਨੀ ਹੈ, ਕਿੱਥੇ ਤੱਕ ਪੜ੍ਹਨੀ ਹੈ, ਕਿਉਂਕਿ ਆਪ ਆਪਣੀ ਬੁੱਧ ਹੈ ਜਿੱਤੀ, ਸਾਰਿਆਂ ਦੀ ਬੁੱਧ, ਮੇਰੀ ਬੁੱਧ ਅਲੱਗ ਹੈ, ਤੁਹਾਡੀ ਮਤ ਅਲੱਗ ਹੈ, ਪਰ ਸਮਝ ਕੇ ਜਦੋਂ ਅਸੀਂ ਬਾਣੀ ਨੂੰ ਪੜ੍ਹਾਂਗੇ ਨਾ, ਜਪ ਭਾਵ ਦੋਨਾਂ ਪਾਸੇ ਡੰਡੀਆਂ ਲੱਗੀਆਂ ਹਨ, ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਇਹ ਬਾਣੀ ਦਾ ਸਰਲੇਖ ਹੈ। ਜਿਵੇਂ ਗੋੜੀ ਰਾਗ ਦੇ ਵਿੱਚ ਸੁਖਮਣੀ ਸਾਹਿਬ ਜੀ ਦੀ ਬਾਣੀ ਪੜ੍ਹੀ ਗਈ ਹੈ, ਗੋੜੀ ਸੁਖਮਣੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦੀ ਹੈ, ਗੋੜੀ ਰਾਗ ਦੇ ਵਿੱਚ ਹੈ, ਨਾਮ ਕੀ ਹੈ ਬਾਣੀ ਦਾ ਸੁਖਮਣੀ ਸਾਹਿਬ। ਹੁਣ ਜਪਜੀ ਸਾਹਿਬ ਦੀ ਬਾਣੀ ਦਾ ਨਾਮ ਜਪ ਸਾਹਿਬ ਹੈ। ਸੋ ਸਤਿਗੁਰ ਜੀ ਕਿਰਪਾ ਕਰਨ, ਜਿੰਨਾ ਕੁ ਸਮਾਂ ਸੀ ਦੋ ਚਾਰ ਮਿੰਟ ਵੱਧ ਹੋ ਗਏ ਹਨ, ਸੋ ਸਤਿਗੁਰ ਜੀ ਕਿਰਪਾ ਕਰਨ, ਇਸੇ ਤਰ੍ਹਾਂ ਇੱਕ ਇੱਕ ਜਿਹੜਾ ਸ਼ਬਦ ਹੈ ਨਾ ਜਦੋਂ ਅਸੀਂ ਵਿਆਖਿਆ ਸਮਝਣੀ ਹੈ, ਭਾਵ ਇੰਨੀ ਕੁ ਟਾਈਮ ਪੂਰਾ ਕਰਨਾ ਕਿ 20-25 ਮਿੰਟ ਮਿਲੇ ਹਨ ਕਿ ਆਪਾਂ ਬਸ ਇਸ ਤਰ੍ਹਾਂ ਹੀ, ਸਾਡਾ ਦਾਸ ਦਾ ਦਿਲ ਕਰਦਾ, ਭਾਵੇਂ ਹਰ ਕਿਸੇ ਦੀ ਮਤ ਅਲੱਗ ਹੈ, ਉਹੀ ਮੈਂ ਪਹਿਲਾਂ ਕਿਹਾ ਸੀ, ਸਾਡੇ ਦਿਲ ਵਿੱਚ ਮੇਰੇ ਦਿਲ ਵਿੱਚ ਇਹ ਚਾਹ ਹੈ ਕਿ ਜਿਹੜੀ ਸੰਗਤ ਦੂਰ ਤੋਂ ਚੱਲ ਕੇ ਆਉਂਦੀ ਹੈ ਨਾ, ਕੁਝ ਨਾ ਕੁਝ ਪੱਲੇ ਲੈ ਕੇ ਜਾਵੇ, ਇੰਨਾ ਸਮਾਂ ਕੱਢਿਆ ਹੈ ਬੈਠ ਕੇ ਸੁਣ ਰਹੀ ਹੈ, ਸਾਡਾ ਫਰਜ਼ ਬਣਦਾ ਹੈ ਜ਼ਿਆਦਾ ਤੋਂ ਜ਼ਿਆਦਾ ਆਪ ਜੀ ਨੂੰ ਗਿਆਨ ਜਿਹੜਾ ਸਾਂਝਾ ਕੀਤਾ ਜਾਵੇ, ਤਾਂ ਜੋ ਗਿਆਨ ਦੇ ਨਾਲ ਸਾਡਾ ਜੀਵਨ